ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ, ਬਠਿੰਡਾ ਦੇ ਅੰਦਰ ਫੜੀ ਗਈ ਭੁੱਕੀ ਚੂਰਾ ਪੋਸਟ ਦੀ ਵੱਡੀ ਖੇਪ। 41 ਕੁਇੰਟਲ ਭੁੱਕੀ ਕੀਤੀ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਇੱਕ ਟਰੱਕ ਦੇ ਵਿੱਚੋਂ ਬਰਾਮਦ। ਦੱਸ ਦਈਏ ਕਿ ਜਿੱਥੇ ਨਸ਼ੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਆ, ਉੱਥੇ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਜੋ ਟਰੱਕ ਸੀ, ਟਿੱਪਰ ਸੀਗਾ ਇਹ, ਜਿਸ ਦੇ ਵਿੱਚ 41 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ, ਇਸ ਦੇ ਵਿੱਚ ਲੱਦਿਆ ਹੋਇਆ ਸੀ। ਤਾਂ ਜਦ ਬਠਿੰਡਾ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਕਾਊਂਟਰ ਇੰਟੈਲੀਜੈਂਸ ਅਤੇ ਬਠਿੰਡਾ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ, ਜਿਸ ਦੇ ਵਿੱਚ ਮੌਕੇ 'ਤੇ DSP ਸਿਟੀ 1 ਕੁਲਦੀਪ ਸਿੰਘ ਬਰਾੜ ਪਹੁੰਚੇ ਅਤੇ ਥਾਣਾ ਕਨਾਲ ਕਲੋਨੀ ਦੇ SHO ਵੀ ਇਸ ਮੌਕੇ ਮੌਜੂਦ ਸਨ ਅਤੇ ਇਹ ਬਠਿੰਡਾ ਦੀ ਰਿੰਗ ਰੋਡ ਤੋਂ ਇਸ ਨੂੰ ਫੜ ਲਿਆ ਗਿਆ। ਇਸ ਦੇ ਵਿੱਚ ਇਸ ਅਪ ਟਰੱਕ ਦੇ ਵਿੱਚ ਬਹੁਤ ਜ਼ਿਆਦਾ ਬੋਰੀਆਂ ਸੀ ਜਿਹੜੀਆਂ, ਉਹ 41 ਕੁਇੰਟਲ ਭੁੱਕੀ ਜਿਹੜੀ ਫੜੀ ਗਈ ਹੈ ਉਸਦੀਆਂ ਇਹ ਆਪਣਾ ਬੋਰੀਆਂ ਇਹਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ। ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਵੀ ਇੱਥੇ ਆਪਣਾ ਲਗਾਈ ਹੋਈ ਸੀ। ਮੌਕੇ 'ਤੇ ਆਪਣਾ ਥਾਣਾ ਕਨਾਲ ਕਲੋਨੀ ਪੁਲਿਸ, DSP ਸਿਟੀ 1 ਕੁਲਦੀਪ ਸਿੰਘ ਬਰਾੜ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਉੱਥੇ ਹਾਜ਼ਰ ਸੀ। ਇਹ ਇੱਕ ਵੱਡੀ ਖੇਪ, ਇਸ ਨੂੰ ਦੱਸਿਆ ਜਾ ਰਿਹਾ ਕਿ ਬਠਿੰਡਾ ਦੇ ਅੰਦਰ ਇਹ ਨਸ਼ੇ ਦੀ ਵੱਡੀ ਖੇਪ ਪੜੀ ਗਈ ਹੈ। 41 ਕੁਇੰਟਲ ਜਿਹੜਾ ਭੁੱਕੀ ਚੂਰਾ ਪੋਸਤ ਜਿਹੜਾ ਬਠਿੰਡਾ ਦੀ ਰਿੰਗ ਰੋਡ ਤੋਂ ਫੜ ਲਿਆ ਗਿਆ ਹੈ।